ਚਲੋ ਜੀ। ਹਾਂਜੀ ਸਰ, ਕੀ ਮਾਮਲਾ ਕੀ ਆ ਜੀ SDM ਦਫ਼ਤਰ? ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ, ਧੰਨ ਗੁਰਦੇਵ, ਜੈ ਵਾਲਮੀਕੀ, ਹਰ ਹਰ ਵਾਲਮੀਕੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਜਿਹੜਾ ਅੱਜ ਇੱਕ ਮੈਟਰ ਸ਼ੁਰੂ ਹੋਇਆ ਕਿ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਰਦਾਰ ਰਘਵੀਰ ਸਿੰਘ ਜੀ ਨੇ ਇੱਕ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ, ਜਿਸ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਦਾ ਹੁਕਮ ਕੀਤਾ ਸੀ, ਔਰ ਜਿਸ ਕਰਕੇ ਜਿੰਨੇ ਵੀ ਗੁਰੂ ਨਾਮੀ ਸੰਗਤਾਂ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਭਾਰੀ ਰੋਸ ਹੋਇਆ, ਔਰ ਯੁਵਾ ਵਿਕਾਸ ਮੋਰਚਾ ਪੰਜਾਬ ਜਿਹੜਾ, ਅਸੀਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਿੱਖ ਧਰਮ ਹੀ ਇੱਕ ਇਹੋ ਜਿਹਾ ਧਰਮ ਹੈ ਜਿਸ ਦੇ ਵਿੱਚ ਜਾਤ ਪਾਤ ਖਤਮ ਹੋ ਕੇ ਸ਼ੁੱਧ ਖਾਲਸ ਸਿੰਘ ਸਾਜੇ ਜਾਂਦੇ ਆ, ਜਿਸ ਦੇ ਵਿੱਚ ਕੀਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਹੁਕਮ ਦਿੱਤਾ ਜਾਂਦਾ, ਔਰ ਤੁਹਾਡੇ ਹੁਕਮ ਦੇ ਨਾਲ ਇਸ ਦੇ ਵਿੱਚ ਆਪਸੀ ਜਿਹੜੀ ਰੰਜਿਸ਼ਬਾਜ਼ੀ ਵੱਧੇਗੀ ਔਰ ਜਾਤ ਪਾਤ ਦੁਆਰਾ ਇਕੱਠੀ ਹੋ ਸਕਦੀ ਹੈ। ਇਸ ਲਈ ਮੈਂ ਜਥੇਦਾਰ ਸਾਹਿਬ ਨੂੰ, ਜਿਹੜੇ ਮੁੱਖ ਜਥੇਦਾਰ ਆ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਇਹ ਬੇਨਤੀ ਪ੍ਰਵਾਨ ਕਰਦੇ ਹਾਂ ਕਿ ਤੁਸੀਂ ਇਸ ਹੁਕਮਨਾਮੇ 'ਤੇ ਦੁਬਾਰਾ ਵਿਚਾਰ ਕਰਕੇ ਇਸ ਨੂੰ ਦੁਬਾਰਾ ਅਧੀਨ 'ਚ ਲਿਆਂਦਾ ਜਾਵੇ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੁੱਚੇ ਹੀ ਜਾਤਾਂ ਪਾਤਾਂ ਦੇ ਗੁਰੂ ਆ, ਔਰ ਇਸ ਨੂੰ ਦੁਬਾਰਾ ਸਾਜ ਕੇ ਇਹਨੂੰ ਵਿਚਾਰ ਕਰਕੇ ਇਹਨੂੰ ਦੁਬਾਰਾ ਹੁਕਮਨਾਮੇ ਨੂੰ ਦੁਬਾਰਾ ਲੋਕਾਂ ਤੱਕ ਪਹੁੰਚਾਇਆ। ਜੈ ਗੁਰਦੇਵ, ਧੰਨ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ